ਐਨ ਆਰ ਆਈ ਵੀ ਅਤੇ ਪਿੰਡ ਦੇ ਨਿਵਾਸੀ ਜਿਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਉੱਚਾ ਵਿਖੇ ਕੈਂਸਰ ਸੰਬੰਧੀ ਕੈਂਪ ਲਾਇਆ ਅਤੇ ਜਿਸ ਦੇ ਵਿੱਚ ਆਸੇ ਪਾਸੇ ਦੇ ਇਲਾਕੇ ਵਿੱਚ 500 ਤੋਂ ਵੱਧ ਲੋਕਾਂ ਦਾ ਚੈੱਕਅਪ ਕੀਤਾ ਗਿਆ। ਇੱਕ ਪੂਰੀ ਡਾਕਟਰ ਟੀਮ ਦੁਆਰਾ ਲਗਭਗ 500 ਤੋਂ ਉੱਪਰ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੌਕੇ 'ਤੇ ਉਹਨਾਂ ਨੂੰ ਟ੍ਰੀਟਮੈਂਟ ਮੌਕੇ 'ਤੇ ਉਹਨਾਂ ਨੂੰ ਦਵਾਈ ਦਿੱਤੀ ਗਈ ਅਤੇ ਉਹਨਾਂ ਨੂੰ ਦੇਖਭਾਲ ਕਰਨ ਸੰਬੰਧੀ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਸਮਾਜ ਦੇ ਵਿਕਾਸ ਲਈ ਸਮਾਜ ਦਾ ਹੈਲਦੀ ਹੋਣਾ ਬੜਾ ਜ਼ਰੂਰੀ ਹੈ ਅਤੇ ਮੇਰੇ ਐਨ ਆਰ ਆਈ ਜਿਹੜੇ ਇਸ ਬਿਮਾਰੀ ਜਿਹੜੀ ਕਿ ਪੰਜਾਬ ਦੇ ਵਿੱਚ ਬੜੀ ਬੁਰੀ ਤਰ੍ਹਾਂ ਫੈਲ ਚੁੱਕੀ ਹੈ ਅਤੇ ਅੱਜ ਦਿਨ ਅਸੀਂ ਦੇਖਦੇ ਹਾਂ ਕਿ ਕੈਂਸਰ ਨਾਲ ਬਹੁਤ ਸਾਰੇ ਲੋਕ ਆਪਣੀ ਜਾਨ ਗਵਾ ਬੈਠੇ ਹਨ ਅਤੇ ਮੌਕੇ 'ਤੇ ਉਹਨਾਂ ਨੂੰ ਟ੍ਰੀਟਮੈਂਟ ਨਹੀਂ ਲੈਂਦੇ। ਇੱਕ ਬੜਾ ਵਧੀਆ ਉਪਰਾਲਾ ਹੈ ਕਿਉਂਕਿ ਇਹਦੇ ਸਾਨੂੰ ਪਤਾ ਹੈ ਕਿ ਜੇ ਕੈਂਸਰ ਦਾ ਪਹਿਲੀ ਸਟੇਜ 'ਤੇ ਇਨੀਸ਼ਲ ਸਟੇਜ 'ਤੇ ਪਤਾ ਲੱਗ ਜੇ ਤਾਂ ਇਹ ਬਿਮਾਰੀ ਦਾ ਇਲਾਜ ਸੰਭਵ ਹੈ ਅਤੇ ਇੱਕ ਐਨ ਆਰ ਆਈ ਭਰਾ ਦਾ ਬਹੁਤ ਹੀ ਪੰਜਾਬ ਵਾਸਤੇ ਇੱਕ ਬਹੁਤ ਵੱਡੀ ਦੇਣ ਹੈ ਜਿਸ ਜਿਨ੍ਹਾਂ ਨੇ ਕਦਮ ਚੁੱਕਿਆ ਹੈ ਕਿ ਅਸੀਂ ਪੰਜਾਬ ਵਿੱਚੋਂ ਕੈਂਸਰ ਨੂੰ ਜੜ੍ਹ ਤੋਂ ਖਤਮ ਕਰ ਦੇਣਾ ਹੈ ਅਤੇ ਲੋਕਾਂ ਨੂੰ ਇੱਕ ਸਵੱਸਥ ਜੀਵਨ ਦੇਣਾ ਅਤੇ ਪੰਜਾਬ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਉਣਾ। ਇਸ ਦੇ ਨਾਲ ਨਾਲ ਡਾਕਟਰ ਟੀਮ ਦੁਆਰਾ ਹੋਰ ਵੀ ਕਈ ਛੋਟੀ ਮੋਟੀ ਬਿਮਾਰੀਆਂ ਦਾ ਨਾਲ ਚੈੱਕਅਪ ਕੀਤਾ ਗਿਆ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਬਲੱਡ ਪ੍ਰੈਸ਼ਰ, ਸ਼ੂਗਰ ਇਹ ਵੀ ਬਿਮਾਰੀਆਂ ਆਮ ਤੌਰ 'ਤੇ ਬਹੁਤ ਜਲਦ ਬਹੁਤ ਬੁਰੀ ਤਰ੍ਹਾਂ ਸਮਾਜ ਦੇ ਵਿੱਚ ਫੈਲ ਰਹੀਆਂ ਅਤੇ ਲੋਕਾਂ ਇਸ ਬਿਮਾਰੀ ਦਾ ਬਹੁਤ ਜ਼ਿਆਦਾ ਸਫ਼ਰ ਕਰ ਰਹੇ ਹਨ। ਉਹਨਾਂ ਦਾ ਵੀ ਮੌਕੇ 'ਤੇ ਚੈੱਕਅਪ ਕੀਤਾ ਗਿਆ ਅਤੇ ਦਵਾਈ ਦਿੱਤੀ ਗਈ। ਇਸ ਦੇ ਨਾਲ ਨਾਲ ਅਸੀਂ ਐਨ ਆਰ ਆਈ ਅਪੀਲ ਕਰਦੇ ਹਾਂ ਜਿੱਥੇ ਉਹ ਇਹ ਬਿਮਾਰੀ ਦੇ ਨਾਲ ਪੰਜਾਬ ਨੂੰ ਮੁਕਤ ਕਰਨ ਦੇ ਵਚਨਬੱਧ ਹਨ ਅਤੇ ਹੋਰ ਵੀ ਪੰਜਾਬ ਦੇ ਵਿਕਾਸ ਦੇ ਵਿੱਚ ਉਹਨਾਂ ਦੇ ਯੋਗਦਾਨ ਦੀ ਅਸੀਂ ਆਸ ਕਰਦੇ ਹਾਂ। ਇੱਕ ਵਾਰੀ ਫਿਰ ਮੈਂ ਆਪਣੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਹ ਮਾਣ ਬਖਸ਼ਿਆ ਅਤੇ ਸਾਡੇ ਇਸ ਕੈਂਪ ਦੇ ਵਿੱਚ ਕੈਂਪ ਲਾ ਕੇ ਸਾਨੂੰ ਕਰਦੇ। ਧੰਨਵਾਦ।